ਸਤਿ ਸ਼੍ਰੀ ਅਕਾਲ। ਸਾਹਿਤਕ ਸੱਚ ਚੈਨਲ 'ਤੇ ਆਪ ਜੀ ਦਾ ਸਵਾਗਤ। ਮੈਂ ਹਾਂ ਹਰਮੀਤ ਕੌਰ। ਅੱਜ ਦੀ ਕਲਾਸ ਵਿੱਚ ਅਸੀਂ ਧਨੀ ਰਾਮ ਚਾਤ੍ਰਿਕ ਦੁਆਰਾ ਸਿਰਜਿਤ ਕਵਿਤਾ ਤ੍ਰੈ ਮਾਵਾਂ ਦੀ ਪ੍ਰਸੰਗ ਸਹਿਤ ਵਿਆਖਿਆ ਕਰਨ ਜਾ ਰਹੇ ਹਾਂ। ਧਨੀ ਰਾਮ ਚਾਤ੍ਰਿਕ ਪੰਜਾਬੀ ਸਾਹਿਤ ਦੇ ਇੱਕ ਅਜਿਹੇ ਸਿਰਮੌਰ ਸ਼ਾਇਰ ਹਨ ਜਿਨ੍ਹਾਂ ਨੇ ਆਪਣੀ ਰਚਨਾ ਦੇ ਵਿੱਚ, ਆਪਣੀ ਕਾਵਿ ਸਿਰਜਣਾ ਦੇ ਵਿੱਚ ਮਾਂ ਬੋਲੀ ਪੰਜਾਬੀ ਨੂੰ, ਪੰਜਾਬ ਨੂੰ, ਪੰਜਾਬੀਅਤ ਨੂੰ ਬੜਾ ਮਾਣ ਬਖਸ਼ਿਆ ਹੈ, ਸਤਿਕਾਰ ਬਖਸ਼ਿਆ ਹੈ। ਤ੍ਰੈ ਮਾਵਾਂ ਕਵਿਤਾ ਦੇ ਵਿੱਚ ਵੀ ਕਵੀ ਨੇ ਆਪਣੀ ਜਨਮਦਾਤੀ ਮਾਂ, ਜਨਮ ਭੂਮੀ ਮਾਂ ਅਤੇ ਮਾਂ ਬੋਲੀ ਦੇ ਪ੍ਰਤੀ ਆਪਣੇ ਮਨੋਭਾਵਾਂ ਨੂੰ ਪ੍ਰਗਟਾਉਂਦਿਆਂ ਹੋਇਆਂ ਲਿਖਿਆ ਹੈ। ਪਹਿਲੀ ਮਾਤਾ ਲਕਸ਼ਮੀ ਦੇਵੀ, ਕਵੀ ਕਹਿ ਰਿਹਾ ਹੈ ਕਿ ਮੇਰੀ ਪਹਿਲੀ ਮਾਂ ਜੋ ਹੈ ਕੌਣ ਹੈ, ਲਕਸ਼ਮੀ ਦੇਵੀ, ਜਿਸ ਨੇ ਜਾਣ ਕੇ ਅਕਲ ਸਿਖਾਈ, ਜਿਸ ਨੇ ਮੈਨੂੰ ਜਨਮ ਦਿੱਤਾ, ਜਣਿਆ ਭਾਵ ਇਸ ਸੰਸਾਰ 'ਤੇ ਮੇਰਾ ਆਗਮਨ ਜੋ ਹੈ ਮੇਰੀ ਮਾਂ ਲਕਸ਼ਮੀ ਦੇਵੀ ਦੀ ਬਦੌਲਤ ਸੰਭਵ ਹੋ ਸਕਿਆ ਹੈ। ਇਸ ਲਈ ਕਵੀ ਸਭ ਤੋਂ ਪਹਿਲਾਂ ਸਜਦਾ, ਨਮਨ, ਸਲਾਮ ਉਸਨੂੰ ਕਰਦਾ ਹੈ ਜਿਸ ਨੇ ਮੈਨੂੰ ਸਿਰਫ ਜਨਮ ਹੀ ਨਹੀਂ ਦਿੱਤਾ ਸਗੋਂ ਅਕਲ ਵੀ ਸਿਖਾਈ ਹੈ। ਭਾਵ ਇੱਕ ਕਾਮਯਾਬ ਮਨੁੱਖ ਬਣਨ ਦੇ ਲਈ ਜਿਹੜੀਆਂ ਅਕਲਾਂ ਦਾ, ਜਿਹੜੇ ਗੁਣਾਂ ਦਾ, ਜਿਹੜੀਆਂ ਗੱਲਾਂ ਦਾ ਇੱਕ ਮਨੁੱਖ ਦੇ ਵਿੱਚ ਹੋਣਾ ਜ਼ਰੂਰੀ ਹੈ, ਉਹ ਸਾਰੀਆਂ ਵੀ ਮੇਰੇ ਮਨ ਦੇ ਵਿੱਚ ਭਰੀਆਂ। ਪੜ੍ਹ ਗੁੜ ਜੌਬਣ ਮਾਣ ਜਵਾਨੀ। ਇਸ ਲਈ ਆਪਣੀ ਮਾਂ ਲਕਸ਼ਮੀ ਦੇਵੀ ਦੀ ਛੱਤਰ ਛਾਇਆ ਹੇਠ, ਉਸਦੀ ਰਹਿਨੁਮਾਈ ਹੇਠ ਮੈਂ ਪੜ੍ਹ ਲਿਖ ਕੇ ਇੱਕ ਕਾਮਯਾਬ ਮਨੁੱਖ ਬਣਿਆ। ਭਾਵ ਮਾਂ ਨੇ ਮੇਰਾ ਪਾਲਣ ਪੋਸ਼ਣ ਵੀ ਕੀਤਾ, ਮੈਨੂੰ ਪੜ੍ਹਾਇਆ, ਲਿਖਾਇਆ, ਪਾਲਿਆ, ਪੋਸਿਆ। ਅਤੇ ਗੁੜ, ਗੁੜ ਤੋਂ ਭਾਵ ਹੈ ਜੋ ਪੜ੍ਹਿਆ ਹੈ ਉਸਨੂੰ ਗੁੜਿਆ ਹੈ, ਭਾਵ ਉਸ 'ਤੇ ਜੋ ਹੈ ਅਮਲ ਕੀਤਾ ਹੈ, ਜ਼ਿੰਦਗੀ ਦੇ ਵਿੱਚ ਉਸਨੂੰ ਧਾਰਨ ਕੀਤਾ ਹੈ। ਇਸ ਲਈ ਬਾਲ ਅਵਸਥਾ ਤੋਂ ਲੈ ਕੇ ਜੌਬਨ ਭਾਵ ਜਵਾਨੀ ਦੀ ਅਵਸਥਾ ਤੱਕ ਮੈਂ ਆਪਣੀ ਮਾਂ ਦੀ ਰਹਿਨੁਮਾਈ ਦੇ ਵਿੱਚ ਜੋ ਹੈ ਆਪਣਾ ਜੀਵਨ ਗੁਜ਼ਾਰਿਆ ਹੈ, ਜੀਵਨ ਬਿਤਾਇਆ ਹੈ। ਉਮਰ 36 ਸਾਲ ਹੰਢਾਈ, ਇੱਥੋਂ ਤੱਕ ਕਿ 36 ਸਾਲ ਜੋ ਹੈ ਆਪਣੀ ਜ਼ਿੰਦਗੀ ਦੇ ਆਪਣੀ ਮਾਂ ਦੇ ਲੇਖੇ ਲਾਉਂਦਾ ਹੈ ਕਵੀ ਕਿ ਜਿਸ ਮਾਂ ਨੇ ਮੈਨੂੰ ਪਾਲ ਪੋਸ ਕੇ ਵੱਡਾ ਕੀਤਾ ਹੈ, ਇੱਕ ਕਾਮਯਾਬ ਮਨੁੱਖ ਬਣਨ ਦੇ ਲਈ ਉਸਨੇ ਮੇਰੀ ਰਹਿਨੁਮਾਈ ਕੀਤੀ ਹੈ। ਕਵੀ ਉਸਨੂੰ ਸਜਦਾ ਕਰਦਾ ਹੋਇਆ ਕਹਿੰਦਾ ਹੈ ਕਿ ਉਸੇ ਦੀਆਂ ਅਸੀਸਾਂ ਲੈ ਲੈ ਭਲਿਆਂ ਲੋਕਾਂ ਦੀ ਸ਼ੋਭ ਪਾਈ, ਕਿ ਮੈਂ ਆਪਣੀ ਜਨਮਦਾਤੀ ਮਾਂ ਲਕਸ਼ਮੀ ਦੇਵੀ ਦੀਆਂ ਅਸੀਸਾਂ ਸਦਕਾ, ਆਸ਼ੀਰਵਾਦ ਸਦਕਾ ਜੋ ਹੈ ਭਲਿਆਂ ਲੋਕਾਂ ਭਾਵ ਚੰਗੇ ਲੋਕਾਂ ਦੇ ਸੰਪਰਕ ਵਿੱਚ ਆਇਆ। ਚੰਗੇ ਦੋਸਤ, ਚੰਗੇ ਲੋਕ ਜੋ ਹਨ ਉਹ ਮੇਰੀ ਜ਼ਿੰਦਗੀ ਦੇ ਵਿੱਚ ਸ਼ਾਮਿਲ ਹੋਏ, ਜਾਂ ਮੇਰੇ ਹਿਰਦੇ ਦੇ ਵਿੱਚ ਇਹ ਭਾਵ ਮੇਰੀ ਮਾਂ ਨੇ ਪੈਦਾ ਕੀਤੇ ਕਿ ਚੰਗੇ ਅਤੇ ਬੁਰੇ ਦੇ ਵਿੱਚ ਜੋ ਇੱਕ ਪਛਾਣ ਕਰਨ ਦਾ ਮਨੁੱਖ ਦੇ ਵਿੱਚ ਵਿਵੇਕ ਹੋਣਾ ਚਾਹੀਦਾ, ਉਹ ਵਿਵੇਕ ਜੋ ਹੈ ਮੇਰੀ ਮਾਂ ਨੇ ਜਾਗ੍ਰਿਤ ਕੀਤਾ। ਉਸੇ ਸਦਕਾ ਹੀ ਮੈਂ ਚੰਗੇ ਲੋਕ ਜੋ ਹਨ ਉਹਨਾਂ ਨੂੰ ਆਪਣੇ ਦੋਸਤ, ਆਪਣੇ ਮਿੱਤਰ, ਆਪਣੇ ਸਾਥੀਆਂ ਵਜੋਂ, ਆਪਣੇ ਰਾਹ ਦਸੇਰਿਆਂ ਵਜੋਂ ਚੁਣਿਆ। ਸਵਰਗੀ ਵਾਸਾ ਹੋਵੇ ਸ਼ਾਲਾ, ਮਾਨੁਖਤਾ ਜਿਸ ਪਾਸੋਂ ਆਈ। ਕਵੀ ਕਹਿ ਰਿਹਾ ਕਿ ਸ਼ਾਲਾ ਰੱਬ ਕਰੇ, ਪਰਮਾਤਮਾ ਕਰੇ, ਖੁਦਾ ਕਰੇ ਕਿ ਮੇਰੀ ਮਾਂ ਲਕਸ਼ਮੀ ਦੇਵੀ ਦਾ ਜੋ ਹੈ ਸਵਰਗਾਂ ਦੇ ਵਿੱਚ ਵਾਸਾ ਹੋਵੇ, ਜਿਸ ਮਨੁੱਖਤਾ ਜਿਸ ਪਾਸੋਂ ਆਈ। ਕਿਉਂਕਿ ਔਰਤ ਜੋ ਹੈ ਜਗਤ ਜਨਨੀ ਹੈ, ਜਗਤ ਦੀ ਸਿਰਜਕ ਹੈ, ਰੱਬ ਦੇ ਸਮਾਨ ਦਰਜਾ ਹੈ ਇੱਕ ਔਰਤ ਦਾ। ਸੋ ਕਵੀ ਕਹਿ ਰਿਹਾ ਹੈ ਕਿ ਸਾਰੀ ਮਨੁੱਖਤਾ, ਸਾਰੀ ਦੁਨੀਆ ਦੀ ਜੋ ਮਾਨਵਤਾ ਹੈ ਉਹ ਔਰਤ ਦੀ ਹੋਣ ਸਦਕਾ ਹੀ ਸੰਭਵ ਹੋ ਸਕੀ ਹੈ। ਇਸ ਲਈ ਕਵੀ ਜੋ ਹੈ ਸਮੂਹ ਔਰਤ ਜਾਤ ਨੂੰ ਪ੍ਰਣਾਮ ਕਰਦਾ ਹੋਇਆ ਕਹਿੰਦਾ ਹੈ ਕਿ ਸਵਰਗੀ ਵਾਸਾ ਹੋਵੇ ਸ਼ਾਲਾ, ਮਾਨੁੱਖਤਾ ਜਿਸ ਪਾਸੋਂ ਆਈ।
ਦੂਜੀ ਅੰਮਾ ਭਾਰਤ ਮਾਤਾ। ਫਿਰ ਕਵੀ ਕਹਿ ਰਿਹਾ ਕਿ ਮੇਰੀ ਦੂਸਰੀ ਮਾਂ ਕੌਣ ਹੈ? ਭਾਰਤ ਮਾਤਾ, ਜਿਸ ਜਨਮ ਭੂਮੀ 'ਤੇ ਮੈਂ ਜਨਮ ਲਿਆ ਹੈ, ਜਿਸ ਜਨਮ ਭੂਮੀ ਨੇ ਮੈਨੂੰ ਇਸ ਕਾਬਿਲ ਬਣਾਇਆ ਹੈ, ਇਸ ਦੀ ਮਿੱਟੀ ਨੂੰ ਸਜਦਾ ਕਰਦਾ ਹੈ, ਸਲਾਮ ਕਰਦਾ ਹੈ ਕਵੀ, ਕਿ ਜਿਸ ਦੀ ਮਿੱਟੀ ਮੈਨੂੰ ਜਣਿਆ ਉਸਦੀ ਭਗਤੀ ਕਰਦਾ ਕਰਦਾ ਮੈਂ ਪੰਜਾਬੀ ਸ਼ਾਇਰ ਬਣਿਆ। ਕਵੀ ਕਹਿ ਰਿਹਾ ਹੈ ਕਿ ਦੂਜੀ ਮਾਂ ਜੋ ਹੈ ਮੇਰੀ ਭਾਰਤ ਮਾਤਾ ਹੈ, ਜਿਸ ਦੀ ਧਰਤੀ 'ਤੇ ਮੈਂ ਜਨਮ ਲਿਆ ਹੈ, ਔਰ ਭਾਰਤ ਦੀ ਮਿੱਟੀ ਜੋ ਹੈ ਇੰਨੀ ਜਰਖੇਜ਼ ਹੈ, ਜਿਹੜੀ ਸਿਰਫ ਜੋ ਅਨਾਜ ਹੀ ਪੈਦਾ ਨਹੀਂ ਕਰਦੀ, ਬਨਸਪਤੀ ਹੀ ਪੈਦਾ ਨਹੀਂ ਕਰਦੀ, ਬਲਕਿ ਚੰਗੇ ਮਨੁੱਖ ਦੀ ਵੀ ਪੈਦਾਇਸ਼ ਕਰਦੀ ਹੈ, ਉਸਦੀ ਸਿਰਜਣਾ ਕਰਦੀ ਹੈ, ਔਰ ਇਸੇ ਭਾਰਤ ਮਾਤਾ ਦੀ ਭਗਤੀ ਕਰਦਾ ਹੋਇਆ ਭਾਵ, ਉਸਦੀ ਆਰਾਧਨਾ ਕਰਦਾ ਹੋਇਆ, ਦੇਸ਼ ਪ੍ਰੇਮ ਦੇ ਭਾਵ ਜੋ ਹੈ ਮੇਰੇ ਮਨ ਦੇ ਵਿੱਚ ਅਜਿਹੇ ਭਰੇ ਗਏ ਹਨ ਕਿ ਭਾਰਤ ਮਾਤਾ ਦੀ ਭਗਤੀ ਕਰਦਾ ਕਰਦਾ ਮੈਂ ਪੰਜਾਬੀ ਸ਼ਾਇਰ ਬਣਿਆ। ਕਵੀ ਕਹਿ ਰਿਹਾ ਹੈ ਕਿ ਅੱਗੋਂ ਮੈਂ ਪੰਜਾਬੀ ਸ਼ਾਇਰ ਬਣ ਗਿਆ, ਭਾਵ ਮੈਂ ਆਪਣੇ ਭਾਵਾਂ ਦੀ ਅਭਿਵਿਅਕਤੀ ਦੇ ਲਈ, ਆਪਣੇ ਮਨੋਭਾਵਾਂ ਨੂੰ ਬੋਲ ਕੇ ਜਾਂ ਲਿਖ ਸਕਣ ਦੇ ਸਮਰੱਥ ਜਿਸ ਬੋਲੀ ਨੇ ਮੈਨੂੰ ਬਣਾਇਆ ਹੈ ਉਹ ਕਿਹੜੀ ਹੈ? ਪੰਜਾਬੀ ਬੋਲੀ ਹੈ। ਏਕੇ 'ਤੇ ਇਤਫਾਕ ਕਰਾਉਂਦਿਆਂ ਸਾਰੀ ਉਮਰ ਬੀਤ ਗਈ ਮੇਰੀ। ਕਵੀ ਕਹਿ ਰਿਹਾ ਹੈ ਕਿ ਭਾਰਤ ਦੀ ਧਰਤੀ ਉੱਤੇ ਰਹਿਣ ਵਾਲੇ ਧਰਮ ਜਾਂ ਜਾਤ ਜਾਂ ਵਰਨ ਦੇ ਕਿਸੇ ਵੀ ਵਿਤਕਰੇ ਤੋਂ ਬਿਨਾਂ ਹਿੰਦੁਸਤਾਨੀਆਂ ਦੇ ਵਿੱਚ, ਭਾਰਤ ਵਾਸੀਆਂ ਦੇ ਵਿੱਚ ਏਕਤਾ ਦੇ ਭਾਵ ਭਰਦਿਆਂ ਹੋਇਆਂ, ਉਹਨਾਂ ਦੇ ਵਿੱਚ ਇਤਫਾਕ, ਆਪਸੀ ਸਾਂਝ, ਪਿਆਰ, ਮੁਹੱਬਤ ਜੋ ਹੈ ਪੈਦਾ ਕਰਦਿਆਂ ਕਰਦਿਆਂ ਮੇਰੀ ਸਾਰੀ ਉਮਰ ਬੀਤ ਚੱਲੀ ਹੈ। ਓੜਕ ਦੁੱਧ ਵਿੱਚ ਕਾਂਜੀ ਪਾ ਗਿਆ ਪਾਕਿਸਤਾਨੀ ਫਿਤਨਾ ਸ਼ਾਇਆ। ਕਵੀ ਕਹਿ ਰਿਹਾ ਹੈ ਕਿ ਭਾਵ ਪੰਜਾਬੀ ਸ਼ਾਇਰ ਵਜੋਂ, ਇੱਕ ਚੰਗੇ ਮਨੁੱਖ ਵਜੋਂ ਜੋ ਹੈ ਹਿੰਦੁਸਤਾਨ ਦੀ ਧਰਤੀ 'ਤੇ ਰਹਿਣ ਵਾਲੇ ਹਰ ਬਸ਼ਿੰਦੇ, ਭਾਵੇਂ ਉਹ ਹਿੰਦੂ ਹੈ, ਸਿੱਖ ਹੈ, ਮੁਸਲਮਾਨ ਹੈ, ਇਹਨਾਂ ਦੇ ਵਿੱਚ ਆਪਸੀ ਸਾਂਝ, ਆਪਸੀ ਪ੍ਰੇਮ ਅਤੇ ਆਪਸੀ ਭਾਈਚਾਰੇ ਦੇ ਭਾਵ ਪੈਦਾ ਕਰਦਿਆਂ ਕਰਦਿਆਂ ਮੇਰੀ ਸਾਰੀ ਉਮਰ ਜੋ ਹੈ ਬੀਤ ਗਈ ਹੈ। ਪਰ ਹੋਇਆ ਕੀ ਹੈ ਅੰਤ ਨੂੰ? ਓੜਕ ਭਾਵ ਅੰਤ ਨੂੰ ਦੁੱਧ ਵਿੱਚ ਕਾਂਜੀ ਪਾ ਗਿਆ। ਦੁੱਧ ਵਿੱਚ ਕਾਂਜੀ ਪਾਉਣਾ ਭਾਵ, ਜੇਕਰ ਦੁੱਧ ਵਿੱਚ ਕਾਂਜੀ ਪਾ ਦਿੱਤੀ ਜਾਵੇ ਤਾਂ ਦੁੱਧ ਫਟ ਜਾਂਦਾ ਹੈ, ਦੁੱਧ ਅਲੱਗ ਹੋ ਜਾਂਦਾ ਹੈ, ਪਾਣੀ ਅਲੱਗ ਹੋ ਜਾਂਦਾ ਹੈ। ਸੋ ਕਵੀ ਕਹਿ ਰਿਹਾ ਹੈ ਕਿ ਇਸੇ ਤਰ੍ਹਾਂ ਹੀ ਪਾਕਿਸਤਾਨੀ ਫਿਤਨਾ ਛਾਇਆ, ਜਦੋਂ ਹਿੰਦੁਸਤਾਨ ਦੇ ਜਾਂ ਭਾਰਤ ਦੇ ਲੋਕਾਂ ਦੇ ਦਿਲਾਂ ਦੇ ਵਿੱਚ ਅਜਿਹੀ ਜੋ ਹੈ ਨਫ਼ਰਤ ਘੋਲ ਦਿੱਤੀ ਗਈ ਦੁੱਧ ਵਿੱਚ ਕਾਂਜੀ ਪਾਉਣ ਦੇ ਵਾਂਗ, ਕਿ ਉਹਨਾਂ ਦੇ ਦਿਲ ਜੋ ਹਨ ਇੱਕ ਦੂਸਰੇ ਦੇ ਪ੍ਰਤੀ ਉਸੇ ਤਰ੍ਹਾਂ ਹੀ ਵੈਰ ਵਿਰੋਧ ਦੇ ਨਾਲ, ਵਿਤਕਰੇ ਦੇ ਨਾਲ ਭਰ ਗਏ, ਜਿਸ ਤਰ੍ਹਾਂ ਦੁੱਧ ਅਤੇ ਕਾਂਜੀ ਦਾ ਮੇਲ ਨਹੀਂ ਹੋ ਸਕਦਾ, ਠੀਕ ਇਸੇ ਤਰ੍ਹਾਂ ਜਿੱਥੇ ਜੋ ਹੈ ਇੱਕ ਤਰ੍ਹਾਂ ਦੇ ਨਾਲ ਫੁੱਟ ਆ ਜਾਵੇ ਜਿਸ ਘਰ ਦੇ ਵਿੱਚ, ਜਿਸ ਦੇਸ਼ ਦੇ ਵਿੱਚ, ਉੱਥੋਂ ਦੇ ਲੋਕਾਂ ਦਾ ਵੀ ਆਪਸੀ ਮੇਲ ਜੋ ਹੈ ਹੋਣਾ ਸੰਭਵ ਨਹੀਂ ਹੋ ਸਕਦਾ, ਔਰ ਇਸੇ ਵਿਤਕਰੇ ਜਾਂ ਫੁੱਟ ਦੇ ਸਦਕਾ, ਇਹ ਫੁੱਟ ਜਾਂ ਵਿਤਕਰਾ ਕਿਸ ਨੇ ਪਾਇਆ ਸੀ? ਅੰਗਰੇਜ਼ੀ ਸਲਤਨਤ ਨੇ। ਸੋ ਉਹਨਾਂ ਦੇ ਇਸ ਕਾਰਨਾਮੇ ਸਦਕਾ ਜੋ ਹੈ ਪਾਕਿਸਤਾਨ ਹੋਣ ਦੇ ਵਿੱਚ ਆਇਆ, ਭਾਵ ਭਾਰਤ ਮਾਤਾ ਦੇ ਦੋ ਟੋਟੇ ਹੋ ਗਏ ਹਿੰਦੁਸਤਾਨ ਅਤੇ ਪਾਕਿਸਤਾਨ ਦੇ ਰੂਪ ਦੇ ਵਿੱਚ। ਫਿਰ ਕਵੀ ਕਹਿ ਰਿਹਾ ਹੈ ਕਿ ਤੀਜੀ ਮਾਂ ਪੰਜਾਬੀ ਬੋਲੀ, ਕਿ ਤੀਜੀ ਮਾਂ ਜੋ ਹੈ ਮੇਰੀ ਪੰਜਾਬੀ ਬੋਲੀ ਹੈ, ਬਚਪਨ ਵਿੱਚ ਮਾਂ ਪਾਸੋਂ ਸਿੱਖੀ ਇਹ ਬੋਲੀ, ਜੋ ਮੈਂ ਬਚਪਨ ਦੇ ਵਿੱਚ ਆਪਣੀ ਮਾਂ ਦੇ ਕੋਲੋਂ ਗ੍ਰਹਿਣ ਕੀਤੀ ਸੀ, ਸਿੱਖੀ ਸੀ। ਧੋਤੀ ਮਾਂਜੀ ਪਹਿਨੀ ਪਚਰੀ, ਇਹ ਬੋਲੀ ਜਿਹੜੀ ਹੈ ਬੜੀ ਸਰਲ ਹੈ, ਸਪਸ਼ਟ ਹੈ, ਸੁੰਦਰ ਹੈ,
ਧੋਤੀ ਮਾਂਝੀ ਯਾਨੀ ਕਿ ਸਮੇਂ ਦੇ ਹਾਣ ਦੀ ਹੈ, ਪਹਿਨੀ ਪਚਰੀ। ਇਸ ਦੇ ਵਿੱਚ ਹਰ ਤਰ੍ਹਾਂ ਦਾ ਸਲੀਕਾ ਹੈ, ਹਰ ਤਰ੍ਹਾਂ ਦਾ ਪਿਆਰ ਹੈ, ਮੁਹੱਬਤ ਹੈ, ਮਿੱਠੀ ਹੈ ਇਹ ਬੋਲੀ। ਨਜ਼ਮ ਨਸਰ ਬੋਲੀ 'ਤੇ ਲਿਖੀ ਔਰ ਇਸੇ ਪੰਜਾਬੀ ਬੋਲੀ ਦੇ ਵਿੱਚ, ਪੰਜਾਬੀ ਭਾਸ਼ਾ ਦੇ ਵਿੱਚ ਜੋ ਹੈ ਮੈਂ ਆਪਣੀਆਂ ਨਜ਼ਮਾਂ, ਨਜ਼ਮ ਤੋਂ ਭਾਵ ਹੈ ਕਵਿਤਾ ਔਰ ਨਸਰ ਤੋਂ ਭਾਵ ਹੈ ਵਾਰਤਕ। ਸੋ ਇਸੇ ਪੰਜਾਬੀ ਬੋਲੀ ਦੇ ਵਿੱਚ ਜੋ ਹੈ ਮੈਂ ਆਪਣੀਆਂ ਕਵਿਤਾਵਾਂ ਲਿਖਣ ਦੇ ਵੀ ਸਮਰੱਥ ਹੋਇਆ ਅਤੇ ਨਸਰ ਵਾਰਤਕ ਵੀ ਮੈਂ ਇਸੇ ਬੋਲੀ ਦੇ ਵਿੱਚ ਲਿਖੀ, ਬੋਲੀ 'ਤੇ ਲਿਖੀ। ਭਾਵ ਜੋ ਬੋਲੀ ਜਾਂਦੀ ਹੈ ਉਹ ਬੋਲੀ ਹੈ ਅਤੇ ਜਿਸ ਦੇ ਵਿੱਚ ਸਾਹਿਤ ਲਿਖਿਆ ਜਾਂਦਾ ਹੈ ਉਹ ਭਾਸ਼ਾ ਦਾ ਦਰਜਾ ਅਖਤਿਆਰ ਕਰ ਜਾਂਦੀ ਹੈ। ਸੋ ਕਵੀ ਕਹਿ ਰਿਹਾ ਕਿ ਇਹ ਬੋਲੀ ਪੰਜਾਬੀ ਜੋ ਹੈ ਇੰਨੀ ਸਮਰੱਥ ਹੈ ਕਿ ਇਸ ਦੇ ਵਿੱਚ ਹਰ ਤਰ੍ਹਾਂ ਦਾ ਉੱਚ ਕੋਟੀ ਦਾ ਸਾਹਿਤ, ਭਾਵੇਂ ਉਹ ਕਵਿਤਾ ਹੈ ਜਾਂ ਵਾਰਤਕ ਹੈ, ਉਹ ਸਿਰਜਿਆ ਗਿਆ ਹੈ ਅਤੇ ਸਿਰਜਿਆ ਜਾ ਰਿਹਾ ਹੈ। ਮਤਰਈਆਂ ਨੂੰ ਪਰੇ ਹਟਾ ਕੇ ਪਤਰਾਣੀ ਨੂੰ ਤਖਤੇ ਬਹਾਇਆ। ਅਤੇ ਜੋ ਦੂਜੀਆਂ ਮਤਰਈਆਂ ਭਾਸ਼ਾਵਾਂ ਸਨ, ਜੋ ਵਿਦੇਸ਼ੀ ਭਾਸ਼ਾਵਾਂ ਸਨ, ਉਹਨਾਂ ਨੂੰ ਪਾਸੇ ਹਟਾ ਕੇ ਜੋ ਹੈ ਪਟਰਾਣੀ ਦਾ ਦਰਜਾ ਜੋ ਹੈ, ਇੱਕ ਸ਼ਹਿਜ਼ਾਦ ਜੋ ਹੈ ਰਾਣੀ ਦਾ ਦਰਜਾ ਜੋ ਹੈ ਇਸ ਨੂੰ ਪੰਜਾਬੀ ਬੋਲੀ ਨੂੰ ਹਾਸਿਲ ਹੋਇਆ ਹੈ। ਪੰਜਾਬ ਦੇ ਵਿੱਚ ਪੰਜਾਬੀ ਜੋ ਹੈ ਇੱਕ ਬਹੁਤ ਵੱਡੇ ਸਮੂਹ ਦੀ ਭਾਸ਼ਾ ਹੋਣ ਸਦਕਾ ਜੋ ਹੈ ਇਸ ਨੂੰ ਪ੍ਰਵਾਣਿਆ ਗਿਆ ਹੈ, ਤਖ਼ਤ ਦੇ ਉੱਤੇ ਭਾਵ ਰਾਜ ਭਾਸ਼ਾ ਵਜੋਂ ਪ੍ਰਵਾਨ ਹੋਈ ਹੈ। ਇਹੋ ਜਿਹੀ ਮਨੋਹਰ ਮਿੱਠੀ ਹੋਰ ਕੋਈ ਬੋਲੀ ਨਹੀਂ ਡਿੱਠੀ। ਕਵੀ ਕਹਿ ਰਿਹਾ ਹੈ ਕਿ ਪੰਜਾਬੀ ਬੋਲੀ ਜਿਹੀ ਮਨੋਹਰ ਅਤੇ ਮਿੱਠੀ ਬੋਲੀ ਜੋ ਹੈ ਮੈਨੂੰ ਸੰਸਾਰ ਦੀ ਕਿਸੇ ਵੀ ਭਾਸ਼ਾ ਵਿੱਚ ਇੰਨੀ, ਕਿਸੇ ਵੀ ਬੋਲੀ ਵਿੱਚ ਇੰਨੀ ਮਿਠਾਸ, ਆਪਣਾ ਇੰਨਾ ਪਿਆਰ, ਮੁਹੱਬਤ, ਇੰਨਾ ਆਪਣਾਪਨ ਨਜ਼ਰ ਨਹੀਂ ਆਉਂਦਾ ਜਿੰਨਾ ਪੰਜਾਬੀ ਬੋਲੀ ਦੇ ਵਿੱਚ ਹੈ। ਇਸ ਦੇ ਤੁਲ ਸੰਸਾਰ ਦੀ ਕੋਈ ਵੀ ਬੋਲੀ ਜਾਂ ਭਾਸ਼ਾ ਮੈਨੂੰ ਨਜ਼ਰ ਨਹੀਂ ਆਉਂਦੀ। ਇਸ ਤਰ੍ਹਾਂ ਇੱਕ ਤਰ੍ਹਾਂ ਨਾਲ ਕਵੀ ਨੇ ਆਪਣੀ ਜੋ ਦਿਲੀ ਭਾਵ ਹਨ ਪੰਜਾਬੀ ਭਾਸ਼ਾ ਦੇ ਪ੍ਰਤੀ, ਪੰਜਾਬੀ ਬੋਲੀ ਦੇ ਪ੍ਰਤੀ, ਪੰਜਾਬ ਦੇ ਪ੍ਰਤੀ, ਜੋ ਹਿੰਦੁਸਤਾਨ ਦੀ ਧਰਤੀ ਦੇ ਪ੍ਰਤੀ, ਉਹਨਾਂ ਨੂੰ ਪ੍ਰਗਟਾਉਂਦਿਆਂ ਹੋਇਆਂ ਇੱਕ ਤਰ੍ਹਾਂ ਦੇ ਨਾਲ ਸਜਦਾ ਕੀਤਾ ਹੈ, ਨਮਨ ਕੀਤਾ ਹੈ। ਔਰ ਇਹ ਕਵਿਤਾ ਤ੍ਰੈ ਮਾਵਾਂ ਜੋ ਹੈ ਧਨੀ ਰਾਮ ਚਾਤ੍ਰਿਕ ਦੀ ਇੱਕ ਬੇਹੱਦ ਪ੍ਰਸਿੱਧ ਕਵਿਤਾ ਹੈ। ਅਤੇ ਅੰਤ ਇੱਕ ਗੁਜ਼ਾਰਿਸ਼ ਹੈ ਕਿ ਜੋ ਨਵੇਂ ਸਰੋਤੇ ਹਨ ਇਸ ਚੈਨਲ ਦੇ ਵਿੱਚ ਜੁੜੇ, ਉਹ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਤਾਂ ਜੋ ਅਪਕਮਿੰਗ ਵੀਡੀਓਜ਼ ਹਨ ਇਸ ਚੈਨਲ ਦੁਆਰਾ ਪੇਸ਼ ਕੀਤੀਆਂ ਜਾ ਰਹੀਆਂ ਉਹ ਤੁਹਾਨੂੰ ਨਾਲ ਦੀ ਨਾਲ ਹਾਸਿਲ ਹੋ ਸਕਣ। ਧੰਨਵਾਦ।